ਇਹ ਤਸਵੀਰਾਂ ਨੇ ਹਿਮਾਚਲ ਦੀਆਂ ਜਿੱਥੇ ਮੀਂਹ ਤੋਂ ਬਾਅਦ ਇਹ ਹਾਲਾਤ ਬਣ ਗਏ ਨੇ। ਦੱਸ ਦਈਏ ਕਿ ਸ਼ਿਮਲਾ ਦੀਆਂ ਤਸਵੀਰਾਂ ਨੇ ਜਿੱਥੇ 3 ਗੱਡੀਆਂ ਮਲਬੇ ਹੇਠ ਫਸੀਆਂ ਹੋਈਆਂ ਨੇ, ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ। ਦੱਸ ਦਈਏ ਕਿ ਮੀਂਹ ਤੋਂ ਬਾਅਦ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਮੀਂਹ ਨੇ ਇੱਕ ਪਾਸੇ ਗਰਮੀ ਤੋਂ ਰਾਹਤ ਦਿੱਤੀ ਹੈ, ਪਰ ਕਿਤੇ ਨਾ ਕਿਤੇ ਦੂਜੇ ਪਾਸੇ ਮੀਂਹ ਦੇ ਕਈ ਨੁਕਸਾਨ ਵੀ ਦੇਖਣ ਨੂੰ ਮਿਲੇ ਨੇ। ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਿਹਾ। ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ 4 ਜੁਲਾਈ ਤੱਕ ਮੀਂਹ ਦਾ ਅਲਰਟ ਹੈ, ਯੈਲੋ ਅਲਰਟ ਜਿਹੜਾ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ, ਲਗਾਤਾਰ ਪੰਜਾਬ ਹੋਵੇ, ਹਰਿਆਣਾ, ਹਿਮਾਚਲ ਸਮੇਤ ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ। ਭਾਰੀ ਮੀਂਹ ਕਾਰਨ ਮੌਸਮ ਦੇ ਵਿੱਚ ਤਬਦੀਲੀ ਜ਼ਰੂਰ ਆਈ ਹੈ, ਪਰ ਨੁਕਸਾਨ ਵੀ ਹੋਇਆ। ਸਵੇਰੇ ਤਸਵੀਰਾਂ ਦਿੱਲੀ ਤੋਂ ਵੀ ਸਾਹਮਣੇ ਆਈਆਂ ਸੀ, ਜਿੱਥੇ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ। ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਿਹਾ। ਮੌਨਸੂਨ ਦਾ ਪਹਿਲਾਂ ਮੀਂਹ ਪਿਆ ਤੇ ਇਹ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਉਣ ਲੱਗ ਗਈਆਂ ਨੇ। ਪਿਛਲੀ ਵਾਰ ਵੀ ਜਿਸ ਕਦਰ ਸ਼ਿਮਲਾ ਤੋਂ ਜਾਂ ਫਿਰ ਹਿਮਾਚਲ ਤੋਂ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ, ਉਹ ਰੂਹ ਕੰਬਾਊ ਸੀ।